ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਜਾ ਰਹੇ ਹਾਂ ਪ੍ਰੋਟੈਸਟਿੰਗ। ਸਾਡੇ ਪਾਪਾ ਸਾਡੇ ਨਾਲ ਆ ਨਹੀਂ ਸਕਦੇ ਪ੍ਰੋਟੈਸਟਿੰਗ, ਬਿਕੋਜ਼ ਉਹ ਕੰਮ ਤੋਂ ਵਾਪਸ ਆਇਆ ਅਤੇ ਹਲੇ ਕੁਆਰੰਟੀਨ ਹੈ। ਥੋੜ੍ਹੇ ਜਿਹੇ ਦਿਨਾਂ 'ਚ ਉਹ ਨਹੀਂ ਅਨਕੁਆਰੰਟੀਨ ਹੋ ਜਾਵੇਗੇ ਅਤੇ ਉਹ ਇੰਡੀਆ ਜਾਏਗੇ ਫਾਰਮਰਸ ਨੂੰ ਸਪੋਰਟ ਕਰਨ। ਓਕੇ, ਹੁਣ ਅਸੀਂ ਜਾਵਾਂਗੇ ਸਰੀ, ਪ੍ਰੋਟੈਸਟ ਸਟਾਰਟ ਹੋਏਗਾ ਸਰੀ 'ਤੇ ਆਪਾਂ ਜਾਵਾਂਗੇ ਆਲ ਦਾ ਵੇ ਵੈਂਕੂਵਰ। ਸੋ ਅਸੀਂ ਚੱਲੀਏ, ਵੀ ਸਟੈਂਡ ਫੋਰ ਫਾਰਮਰਸ। ਹਲ ਛੱਡ ਕੇ ਪਾਲਿਆ ਜੇ ਹਲ ਛੱਡ ਕੇ ਪਾਲਿਆ ਜੇ ਅਸੀਂ ਹੱਥ ਹਥਿਆਰਾਂ ਨੂੰ ਹਰ ਵਕਤ ਪਾ ਦਿਆਂਗੇ। ਸਾਡੇ ਸਬਰਾਂ ਦਾ ਮੇਰੇ ਨਾਲ ਏਕਮ ਹੈ, ਏਕਮ ਗਰੇਵਾਲ, ਸਿੱਧਾ ਗਰੇਵਾਲ, ਯਾਨੀ ਕਿ ਹਿੱਪੀ ਗਰੇਵਾਲ ਦੇ ਦੋਨੋਂ ਹੀ ਲਾਡਲੇ ਪੁੱਤਰ, ਛੋਟਾ ਜਿਹੜਾ ਗੁਰਬਾਜ ਹਲੇ ਛੋਟਾ ਉਹ ਘਰੇ ਆ। ਹਿੱਪੀ ਬਾਈ ਅੱਜ ਤਾਂ ਨਹੀਂ ਪਹੁੰਚ ਸਕਿਆ, ਇੰਗਲੈਂਡ ਤੋਂ ਆਇਆ ਸੀਗਾ, ਉਹਨੂੰ 14 ਦਿਨ ਆਈਸੋਲੇਟ ਕਰਨਾ ਪੈਣਾ ਆਪਣੇ ਆਪ ਨੂੰ, ਲੇਕਿਨ ਫੁੱਲ ਸਪੋਰਟ ਹੈ ਬਾਈ ਵੱਲੋਂ ਵੀ ਸਾਰਿਆਂ ਨੂੰ। ਬੰਨ ਸਾਡੇ ਸਬਰਾਂ ਦਾ ਕਰਦੇ ਹਾਂ ਬਹਾਣੇ ਵਿੱਚ ਜੂ ਲਈਦਾ ਢਿੱਡ ਭਰ ਕੇ ਦੁਨੀਆ ਦਾ। ਇਹ ਜ਼ਰੂਰੀ ਨਹੀਂ ਹੈ ਵੀ ਤੁਸੀਂ ਕਿਸਾਨਾਂ ਦੇ ਬੱਚੇ ਹੋ, ਮੇਰੀ ਢਿੱਡ ਭਰ ਕੇ ਦੁਨੀਆ ਦਾ ਖੁਦ ਭੁੱਖੇ ਸੌ ਲਈ ਡੰਡਾ ਓਵਰਟੇਕ ਕੀਤਾ ਸੀ। ਠੰਡੇ ਦੀਆਂ ਧਾਰਾਂ ਨੂੰ ਹਰ ਵਕਤ ਪਾ ਦਿਆਂਗੇ।